ਪੰਜਾਬ 'ਚ ਜੇਕਰ ਤੁਸੀਂ ਨਵੀਂ ਗੱਡੀ ਲੈ ਰਹੇ ਹੋ, ਚਾਹੇ ਟੂ ਵੀਲਰ ਚਾਹੇ ਫੋਰ ਵੀਲਰ, ਹੁਣ ਥੋੜਾ ਜਿਹਾ ਭਾਰ ਜਿਹੜਾ ਹੈ ਉਹ ਪੈਣ ਵਾਲਾ ਹੈ। ਪਿਛਲੇ ਦਿਨਾਂ ਡਿਪਾਰਟਮੈਂਟ ਆਫ ਟਰਾਂਸਪੋਰਟ ਦੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਸੀ, ਜਿਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਸਲੈਬ ਸਿਸਟਮ ਵੀ ਕੀਤਾ, ਚਾਹੇ ਉਹ ਗ੍ਰੀਨ ਟੈਕਸ ਦੀ ਗੱਲ ਹੋਵੇ, ਚਾਹੇ ਉਹ ਜਿਹੜੀ ਨਵੀਂ ਗੱਡੀਆਂ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੜਾ ਬਣਦਾ ਹੈ, ਹੁਣ ਇਹਦੇ ਵਿੱਚ ਕੁਝ ਪਰਸੈਂਟ ਦਾ ਵਾਅਦਾ ਕੀਤਾ ਗਿਆ। ਟੂ ਵੀਲਰਸ ਦੀ ਅਸੀਂ ਗੱਲ ਕਰ ਲਈਏ, ਫੋਰ ਵੀਲਰਸ ਦੀ ਗੱਲ ਕਰ ਲਈਏ, ਕਿਸ ਤਰ੍ਹਾਂ ਦਾ ਜਿਹੜਾ ਵਾਅਦਾ ਕੀਤਾ ਗਿਆ, ਪਹਿਲਾਂ ਕੀ ਜਿਹੜਾ ਰੇਟ ਸੀ, ਕਿੰਨਾ ਪਰਸੈਂਟ ਸੀ, ਹੁਣ ਕਿੰਨਾ ਕੁ ਪਰਸੈਂਟ ਵਧਿਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਸੈਕਸ਼ਨ ਆਫੀਸਰ ਸੰਦੀਪ ਸਿੰਘ ਜੀ ਸਾਡੇ ਨਾਲ ਨੇ ਮੋਹਾਲੀ ਜ਼ਿਲ੍ਹੇ ਦੇ। ਸੰਦੀਪ ਜੀ, ਕਿਉਂਕਿ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਸਮਝਣ ਵਾਸਤੇ, ਕਿਉਂਕਿ ਕਿੰਨਾ ਕੁ ਬਾਹਰ ਜਿਹੜਾ ਹੈਗਾ ਪਿਆ, ਕਿਉਂਕਿ ਰਜਿਸਟ੍ਰੇਸ਼ਨ ਜਿਹੜੀ ਕੋਈ ਵੀ ਨਵੀਂ ਗੱਡੀ ਲੈਂਦਾ ਜਾਂ ਬਾਈਕ ਲੈਂਦਾ ਤਾਂ ਕਿੰਨਾ ਕੁ ਜਿਹੜਾ ਬਾਹਰ ਪਿਆ, ਪਹਿਲਾਂ ਕਿੰਨੇ ਪਰਸੈਂਟ ਸੀ ਤੇ ਹੁਣ ਕਿੰਨਾ ਕੁ ਪਰਸੈਂਟ ਹੈ? ਜਿਹੜਾ ਆਪਣਾ ਪਹਿਲਾਂ ਸੀ 12 ਫਰਵਰੀ 2021 ਤੇ ਹੁਣ ਜਿਹੜਾ ਲੇਟੈਸਟ ਅਮੈਂਡਮੈਂਟ ਹੋਈ ਹੈ ਜੀ, ਪਹਿਲਾਂ ਅਪ ਟੂ 1 ਲੱਖ ਤੇ ਗੱਡੀ ਦੇ ਸਿਰਫ 9% ਲੱਗਦਾ ਸੀ, ਤੇ ਹੁਣ ਜਿਹੜਾ ਹੋ ਗਿਆ ਜੀ 1 ਲੱਖ ਤੱਕ 7.5% ਹੈ ਜੀ ਅਪ ਟੂ। ਅਗਰ ਉਸ ਤੋਂ ਉੱਪਰ ਗੱਡੀ ਜਾਏਗੀ 1 ਲੱਖ ਤੋਂ 2 ਲੱਖ ਤੇ ਅਪ ਟੂ 2 ਲੱਖ ਤੱਕ, ਉੱਥੇ ਉਹਨਾਂ ਨੇ 10% ਕੱਟਤਾ ਜੀ, ਤੇ ਐਕਸੀਡ 2 ਲੱਖ ਹੋ ਜਾਏਗੀ ਤਾਂ ਉੱਥੇ 11% ਹੋ ਗਿਆ ਜੀ। ਇਹ ਟੂ ਵੀਲਰ ਦਾ ਜੀ। ਠੀਕ ਹੈ, ਇਹ ਪਹਿਲਾਂ ਕਿੰਨਾ ਸੀ ਸਰ? ਪਹਿਲਾਂ ਸੀ ਜੀ 1 ਲੱਖ ਤੱਕ 7% ਲੱਗਦਾ ਸੀ, ਠੀਕ ਹੈ, ਅਪ ਟੂ ਜੇ 1 ਲੱਖ ਤੋਂ ਜ਼ਿਆਦਾ ਹੁੰਦੀ ਹੈ ਤਾਂ ਉੱਥੇ 9% ਲੱਗਦਾ ਸੀ, ਠੀਕ ਹੈ। ਤੇ ਇਹੀ ਗੱਲ ਫੋਰ ਵੀਲਰ 'ਚ ਆਪਾਂ ਦੱਸੀ ਹੈ ਕਿ ਪਹਿਲਾਂ 15 ਲੱਖ ਤੱਕ ਉਹਦਾ 9% ਲੱਗਦਾ ਸੀ, ਤੇ 15 ਤੋਂ ਉੱਪਰ ਜਾਂਦੀ ਸੀ ਤਾਂ 11% ਲੱਗਦਾ ਸੀ। ਹੁਣ ਇਹਦੇ ਵਿੱਚ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਦੀ ਸਲੈਬ ਕਰ ਦਿੱਤੀ ਗਈ ਹੈ ਕਿ 15 ਅਪ ਟੂ 15 ਲੱਖ ਤੱਕ 9.5% ਦੇਣਾ ਪਏਗਾ ਜੀ, ਅਬਵ 15 ਤੇ ਅਪ ਟੂ 25 ਲੱਖ ਤੱਕ 12%, ਤੇ ਅਬਵ 25 ਲੱਖ ਤੇ ਤੁਹਾਨੂੰ 13% ਦੇਣਾ ਪਏਗਾ ਜੀ। ਠੀਕ ਹੈ ਸਰ, ਕਿਉਂਕਿ ਪਹਿਲਾਂ ਤਾਂ ਬਿਲਕੁਲ ਅਲੱਗ ਅਲੱਗ ਸੀਗਾ ਕਿ 15 ਲੱਖ ਤੋਂ ਉੱਪਰ ਜਿੰਨਾ ਵੀ ਹੈਗਾ ਉਹਦੇ ਤੇ 1% ਜਿਹੜਾ ਹੈਗਾ ਸੇਮ ਪਰਸੈਂਟ ਸੀਗਾ, ਹੁਣ ਫਿਕਸ ਸੀਗਾ। ਹੁਣ ਜਿਹੜਾ ਹੈਗਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਚੇਂਜਸ ਕੀਤੇ ਗਏ ਨੇ? ਇਹਨਾਂ ਨੇ ਸਲੈਬ ਕਰਤੀਆਂ ਜੀ, 3 ਕੈਟੇਗਰੀ 'ਚ ਚੇਂਜ ਕਰਤੀਆਂ ਤੇ 1 ਲੱਖ ਤੱਕ ਕਰਤੀ, 1 ਲੱਖ ਤੋਂ 2 ਲੱਖ ਕਰਤੀ ਤੇ ਅਬਵ 2 ਲੱਖ ਤੇ ਉੱਪਰ ਕਰਤੀ ਹੈ, ਇਹ ਟੂ ਵੀਲਰ 'ਚ ਕੀਤੀ ਹੈ। ਠੀਕ ਹੈ, 3 ਵੀਲਰ ਵਿੱਚ ਪਹਿਲਾਂ ਸੇਮ ਸੀ ਕਿ 15 ਲੱਖ ਤੱਕ ਅਪ ਟੂ 15 ਲੱਖ, 15 ਲੱਖ ਤੋਂ 25 ਲੱਖ ਤੱਕ ਕਰਤੀ, 25 ਲੱਖ ਤੋਂ ਅਬਵ 25 ਲੱਖ, 3 ਸਲੈਬ ਕਰਤੀਆਂ ਜੀ। ਠੀਕ ਹੈ, 3 ਸਲੈਬ ਕੀਤੀ। ਹਾਂਜੀ, ਤਾਂ ਕਿੰਨਾ ਕੁ ਪਰਸੈਂਟ ਦਾ ਜਿਹੜਾ ਹੈਗਾ ਵਾਅਦਾ ਕੀਤਾ, ਜੇ ਆਪਾਂ ਗੱਲ ਕਰੀਏ ਥੋੜੀ ਜਿਹੀ, ਅਗਰ ਜੇਕਰ ਆਪਾਂ ਵੈਲਿਊ ਕੱਢੀਏ ਤਾਂ 0.5 ਜਾਂ 1-1% ਦਾ ਫਰਕ ਪਿਆ ਜੀ। ਠੀਕ ਹੈ, ਵਧਿਆ ਜੀ, ਵਧਿਆ। ਹਾਂਜੀ, ਦੋਨਾਂ ਵਿੱਚ, ਫੋਰ ਟੂ ਵੀਲਰ ਤੇ 4 ਵੀਲਰ 'ਚ। 4 ਵੀਲਰ ਤੇ ਸਰ, ਇਹਦੇ ਵਿੱਚ ਕੋਈ ਕਮਰਸ਼ੀਅਲ ਗੱਡੀਆਂ ਦਾ ਵੀ ਇਸ ਤਰ੍ਹਾਂ ਦਾ ਹਿਸਾਬ ਹੁੰਦਾ, ਜਾਂ ਫਿਰ ਕਿਉਂਕਿ ਜਿੱਦਾਂ ਗ੍ਰੀਨ ਟੈਕਸ ਵਧਿਆ ਕਿ ਜਿਹੜਾ ਇੱਕ ਸਲੈਬ ਸਿਸਟਮ ਬਣਾਇਆ 3,000, 4,000, 5,000 ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਦ ਬਣਦਾ, ਉਹਦਾ ਵੀ ਕੁਝ ਇਸ ਤਰ੍ਹਾਂ ਦਾ ਹਿਸਾਬ ਹੁੰਦਾ? ਨਹੀਂ ਨਹੀਂ, ਉਹਦੇ ਵਿੱਚ ਵੇਟ ਦੇ ਹਮੇਸ਼ਾ, ਜਦੋਂ ਕਮਰਸ਼ੀਅਲ ਗੱਡੀ ਹੁੰਦੀ ਹੈ ਉਹ ਹਮੇਸ਼ਾ ਵੇਟ ਦੇ ਹਿਸਾਬ ਨਾਲ ਟੈਕਸ ਹੁੰਦਾ। ਓਕੇ, ਜਿੰਨਾ ਵੇਟ ਹੋ ਗਿਆ, ਕਿੰਨੀ ਉਹਦੀ ਸੀਟਰ ਹੋ ਗਈ, 12 ਸੀਟਰ ਹੋ ਗਈ, ਜੋ ਬਸਿਸ ਹੁੰਦੀਆਂ, ਤਾਂ ਉਹਦੇ ਦਾ ਇਸ ਨਾਲ ਕੋਈ ਇੰਕਲੂਡ ਨਹੀਂ ਹੈ, ਇਹ ਸਿਰਫ ਨਾਨ ਕਮਰਸ਼ੀਅਲ ਲਈ ਹੈ ਜੀ। ਠੀਕ ਹੈ, ਤੇ ਸਰ ਇਹਦੇ ਵਿੱਚ ਹੋਰ ਵੀ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਉਹ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਕਦ ਤੋਂ ਹੋਣੀ ਹੈ, ਇਹ ਵੀ ਥੋੜਾ ਸਮਝਣਾ ਚਾਹਾਂਗੇ, ਕਿਉਂਕਿ ਇਮੀਡੀਏਟ ਇਫੈਕਟ ਹੁੰਦੀ ਹੈ ਜਾਂ ਫਿਰ ਅੱਗੇ ਤੋਂ? ਇਹ ਇਮੀਡੀਏਟ ਇਫੈਕਟ ਹੈ ਜੀ, 21-8 ਤੋਂ 2024 ਤੋਂ ਸ਼ੁਰੂ ਹੋ ਗਈ ਹੈ ਜੀ ਇਹ ਸ਼ੁਰੂ ਹੋ। ਹਾਂਜੀ, ਠੀਕ ਹੈ। ਤੇ ਸਰ ਥੋੜਾ ਜਿਹਾ ਇਹ ਜਿਹੜਾ ਸਰ ਨੇ ਸਮਝਾਇਆ, ਕਿਉਂਕਿ ਹੁਣ ਜਿਹੜੇ ਨੋਟੀਫਿਕੇਸ਼ਨ ਆਏ ਆ ਇਹਦੇ 'ਚ, ਤੁਹਾਨੂੰ ਦੱਸ ਦਈਏ ਕਿ ਅਪ ਟੂ 1 ਲੱਖ ਤੱਕ ਜਿਹੜੀ 1 ਲੱਖ ਤੱਕ ਦੀ ਜਿਹੜੀ ਬਾਈਕ ਹੈ ਉਹਦੇ 'ਚ ਹੁਣ 7.5% ਜਿਹੜਾ ਉਹ ਤੁਹਾਨੂੰ ਦੇਣਾ ਪਏਗਾ, ਅਪ ਟੂ ਜਿਹੜਾ ਰੋਡ ਟੈਕਸ ਜਿਹੜਾ ਉਹ ਤੁਹਾਨੂੰ ਦੇਣਾ ਪਏਗਾ, ਜੋ ਕਿ ਪਹਿਲਾਂ 7% ਹੁੰਦਾ ਸੀਗਾ ਟੂ ਵੀਲਰ ਦੇ ਉੱਪਰ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 1 ਲੱਖ ਤੋਂ ਉੱਪਰ ਜੇਕਰ ਜਾਂਦਾ ਹੈ, ਪਹਿਲਾਂ ਦੀ ਅਸੀਂ ਗੱਲ ਕਰ ਲਈਏ, ਇਹ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ 1 ਲੱਖ ਤੋਂ ਉੱਪਰ ਜਾਂਦਾ ਸੀਗਾ ਉਹਨੂੰ 9% ਦੇਣਾ ਪੈਂਦਾ ਸੀ, 9%, ਤੇ ਹੁਣ ਤੁਹਾਨੂੰ ਦੇਣਾ ਪਏਗਾ
ਹੁਣ ਆਪਣੀ ਸਲੈਬ ਆ ਗਈ ਜੀ 1 ਲੱਖ ਤੋਂ ਲੈ ਕੇ 2 ਲੱਖ ਵਿੱਚ ਸਾਨੂੰ 10% ਦੇਣਾ ਪਏਗਾ, 1% ਦਾ ਵਾਧਾ ਹੋਇਆ ਜੀ, ਯਾਨੀ 1% ਦਾ ਇਹਦੇ ਵਿੱਚ ਵਾਧਾ ਹੋਇਆ, ਯਾਨੀ ਕਿ ਹੁਣ 1 ਲੱਖ ਤੋਂ 2 ਲੱਖ ਦੇ ਜਿਹੜੇ ਵਿੱਚ ਜਿਹੜਾ ਹੈ ਉਸ ਵਿੱਚ 10% ਦੇਣਾ ਪੈਣਾ 10%। ਉਸੇ ਤਰ੍ਹਾਂ ਸਰ ਜਿਹੜੀ ਇਹ 15 ਲੱਖ ਤੋਂ ਅਪ ਟੂ 15 ਲੱਖ ਤੋਂ ਜਿਹੜੀ ਗੱਡੀ ਹੈ ਪਹਿਲਾਂ ਦੇਣਾ ਪੈਂਦਾ ਸੀ 9% ਜੀ, 9% ਤੇ ਹੁਣ ਤੁਹਾਨੂੰ ਦੇਣਾ ਪਏਗਾ 9.5% ਜੀ, 9.5 ਤੇ ਇਹਦੇ ਵਿੱਚ ਹੁਣ ਦੁਬਾਰਾ ਉਹ ਨੈਕਸਟ ਜਿਹੜੀ ਪਿਛਲੀ ਸੀਗੀ ਉਹ 15 ਲੱਖ ਤੋਂ ਉੱਪਰ ਜਿਹੜੀ ਵੀ ਗੱਡੀ ਹੁੰਦੀ ਸੀ ਜਿੰਨਾ ਉਹਨੂੰ 11% ਦੇਣਾ ਪੈਂਦਾ ਸੀ, ਹੁਣ ਇਹ ਸਲੈਬ ਬਣਾਤੀ ਉਹਨਾਂ ਨੇ 15 ਲੱਖ ਤੋਂ ਲੈ ਕੇ ਅਪ ਟੂ 25 ਲੱਖ ਤੱਕ 12% ਕਰਤੇ ਜੀ, ਠੀਕ ਹੈ, ਹੋਰ ਉਸ ਤੋਂ 25 ਲੱਖ ਤੋਂ ਐਕਸੀਡ ਹੋਏਗੀ ਜਿਹੜੀ ਉੱਥੇ 13% ਲੱਗੇਗਾ। ਯਾਨੀ ਕਿ ਹੁਣ ਇਹਨਾਂ ਨੇ ਪੂਰਾ ਇੱਕ ਸਲੈਬ ਸਿਸਟਮ ਬਣਾ ਕੇ, ਕਿਉਂਕਿ ਪਹਿਲਾਂ ਤੇ ਸੀਗੀ ਕਿ 15 ਲੱਖ ਤੋਂ ਉੱਪਰ ਜਿਹੜੀ ਵੀ ਗੱਡੀ ਚੱਲ ਗਈ ਉਹਦਾ ਤੁਸੀਂ 11% ਦੇਣਾ ਹੈ, 15 ਲੱਖ ਤੋਂ ਚਾਹੇ 20 ਲੱਖ, 25 ਲੱਖ, 30 ਲੱਖ, 40 ਲੱਖ ਸਿਰਫ ਵੀ ਜਾਏ, ਸਿਰਮਾ ਜਿੰਨਾ ਵੀ ਜਾਵੇ ਉਹ 11% ਸੀ, ਲੇਕਿਨ ਹੁਣ ਇਹਨਾਂ ਵੱਲੋਂ ਸਲੈਬ ਸਲੈਬ ਜਿਹੜਾ ਹੈ ਉਹ ਬਣਾ ਦਿੱਤਾ 15 ਤੋਂ 25 ਤੱਕ ਕਰਤੀ ਹੈ ਉਹਨਾਂ ਨੇ 12%, ਜਿੰਨੀ ਵੀ 25 ਲੱਖ ਤੋਂ ਉੱਪਰ ਗੱਡੀ ਹੋਏਗੀ ਉਹਦਾ ਸਿੱਧਾ 13% ਲੱਗੇਗਾ। ਇਹਦੇ ਵਿੱਚ ਇਹੀ ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਹ ਸਲੈਬ ਸਿਸਟਮ ਜਿਹੜਾ ਤਿਆਰ ਕੀਤਾ ਗਿਆ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਬਣਾਉਣਾ ਹੈ। ਸਰ ਇਹਦੇ ਵਿੱਚ ਇੱਕ ਹੋਰ ਹੈ ਕਿ ਜਿਹੜੀ 15 ਸਾਲ ਤੋਂ ਵੱਧ ਜਿਹੜੀ ਗੱਡੀਆਂ ਉਹ ਹਜੇ ਹੋ ਰਹੀਆਂ ਪੰਜਾਬ ਦੇ ਵਿੱਚ ਪਾਸ ਹੋ ਰਹੀਆਂ, ਹਜੇ ਕੋਈ ਐਸੀ ਨੋਟੀਫਿਕੇਸ਼ਨ ਨਹੀਂ ਆਈ ਕਿ ਬੰਦ ਹੋ ਗਈ ਹੈ, ਪੰਜਾਬ 'ਚ ਹਜੇ ਚਾਲੂ ਹੈ ਜੀ ਚੀਜ਼ਾਂ, ਇਹਦੇ 'ਚ ਚਾਲੂ ਹੈ, ਹਾਂਜੀ ਠੀਕ ਹੈ।